ਸੁਭਾਅ ਵੀ ਬੜਾ ਅੱਛਾ ਰਿਹਾ, ਬਹੁਤ ਜ਼ਿਆਦਾ ਪਿਆਰ ਨਾਲ ਅਸੀਂ ਦੇ ਕੇ ਜਾ ਰਹੇ ਹਾਂ। ਉਹ ਭਾਈ ਸਾਹਿਬ ਵੀ ਨੈਗੇਟਿਵ ਆ ਗਏ, ਥੋੜ੍ਹੇ ਆ ਰਹੇ ਕਰਦੇ ਰਹਿਣ, ਘਰਦੇ ਲੈਣ ਆ ਰਹੇ, ਉਹ ਵੀ ਨੈਗੇਟਿਵ ਆ ਗਏ। ਜਲਦੀ ਸਾਰੇ ਬੱਚਾਂਗੇ, ਅਸੀਂ ਜ਼ਿਆਦਾਤਰ ਠੀਕ ਹੀ ਹੈ ਭੈਣ ਜੀ ਸਾਰੇ, ਹੈ ਨਾ। ਹਾਂਜੀ ਥੋੜ੍ਹੇ ਜਿਹੇ ਉੱਪਰ ਹੁੰਦੇ, ਬਾਕੀ ਇਸ ਤਾਂ ਠੀਕ ਹੀ ਹੈ। ਸੱਚੀ ਗੱਲ ਹੈ, ਨੈਗੇਟਿਵ ਮਾਹੌਲ ਦੇ ਵਿੱਚ ਜਦ ਪੋਜ਼ਿਟਿਵ ਨਿਊਜ਼ ਮਿਲਦੀ ਹੈ ਤਾਂ ਸਾਨੂੰ ਵੀ ਅੱਛਾ ਲੱਗਦਾ, ਪੋਜ਼ਿਟਿਵ ਆਊਟਕਮ ਆਉਂਦਾ ਸੀ ਵਾਲਾ ਨਾ। ਠੀਕ ਹੈ ਅੰਕਲ ਜੀ, ਕਿਵੇਂ ਰਿਹਾ ਸਟੇਅ, ਤੁਹਾਨੂੰ ਇੱਥੇ ਦੱਸੋ ਕੈਮਰਾ 'ਚ ਸਟੇਅ ਕਿਵੇਂ ਰਿਹਾ? ਬਹੁਤ ਵਧੀਆ ਰਿਹਾ ਜੀ। ਜਦ ਤੁਸੀਂ 19 ਤਰੀਕ ਨੂੰ ਆਏ ਸੀਗੇ ਤਾਂ ਕਿਵੇਂ ਦਾ ਮਾਹੌਲ ਸੀਗਾ, ਤੁਹਾਡੀ ਹੈਲਥ ਕਿੱਦਾਂ ਸੀਗੀ? ਮੇਰੀ ਹੈਲਥ ਬਹੁਤ, ਇੱਧਰ ਦੱਸੋ ਜੀ। ਮੇਰੀ ਹੈਲਥ ਬਹੁਤ ਡਾਊਨ ਸੀਗੀ, ਹੌਲੀ ਹੌਲੀ ਇੰਪਰੂਵਮੈਂਟ ਹੋਈ, ਫਿਰ ਮੈਨੂੰ ਪੱਖਾ ਪਲਟੀਆ ਇਹ ਦੱਸੋ ਲੋਕਾਂ ਨੂੰ ਪਲੀਜ਼, ਹੈ ਨਾ। ਦੱਸਿਆ ਲੋਕ ਏਸੀ ਲਾ ਕੇ ਬੈਠ ਜਾਂਦੇ ਆ, ਭਾਜੀ ਮੰਨਦੇ ਨਹੀਂ ਆ, ਦੱਸੋ ਜਰਾ ਪਲੀਜ਼। ਤੇ ਇਸ ਕਰਕੇ ਵੀ ਜਿੰਨਾ ਤੁਸੀਂ ਗਰਮੀ 'ਚ ਰਹੋਗੇ ਓਨਾ ਜ਼ਿਆਦਾ ਬੈਨੀਫਿਟ ਰਹੇਗਾ, ਤੇ ਇਸ ਕਰਕੇ ਮੈਨੂੰ 3-4 ਦਿਨ 'ਚ ਫਰਕ ਪੈ ਗਿਆ। ਸਟੇਅ ਦੇ ਵਿੱਚ ਫੂਡ ਤੋਂ ਲੈ ਕੇ ਕਿਸੇ ਵੀ ਤਰੀਕੇ ਦੀ ਸਫਾਈ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਬਹੁਤ ਕੋਆਪਰੇਟਿਵ। ਕਿਉਂਕਿ ਅਸੀਂ ਦੇਖਦੇ ਜੀ ਜੋ ਬਾਕੀ ਵੀਡੀਓਜ਼ ਆਉਂਦੇ ਨੇ ਵਟਸਐਪ ਜਾਂ ਫੇਸਬੁੱਕ 'ਤੇ ਬਹੁਤ ਹੀ ਨੈਗੇਟਿਵ ਹੁੰਦੇ ਆ ਲੋਕ, ਸਾਈਕੋਲੋਜੀ ਔਰ ਮੈਂਟਲ ਸਾਈਕੋਲੋਜੀਕਲੀ ਔਰ ਮੈਂਟਲੀ ਬਹੁਤ ਡਾਊਨ ਆ ਜਾਂਦੇ ਆ। ਹਾਂਜੀ ਕਿਸੇ ਨੂੰ ਆਪਾਂ ਕਹਿ ਨਹੀਂ ਸਕਦੇ, ਹਾਂਜੀ ਤੁਸੀਂ ਠੀਕ ਕਰੋਗੇ ਸਭ ਕੁਝ ਠੀਕ ਹੈ। ਹੁਣ ਮੈਂ ਆਪਦਾ ਪਰਹੇਜ਼ ਨਾ ਰੱਖਾਂ, ਮੈਂ ਤੁਹਾਨੂੰ ਕਹੀ ਜਾਵਾਂ ਤੁਸੀਂ ਇਹ ਨਹੀਂ ਕਰਦੇ ਉਹ ਨਹੀਂ ਕਰਦੇ, ਮੇਰੀ ਥਿੰਕਿੰਗ ਤਾਂ ਇਹੀ ਹੈ। ਤੁਹਾਡੀ ਥਿੰਕਿੰਗ ਤਾਂ ਵੈਸੇ ਵੀ ਬੜੀ ਪੋਜ਼ਿਟਿਵ ਹੈ, ਮੈਂ ਦੇਖਿਆ। ਚਲੋ ਪੋਜ਼ਿਟਿਵ ਤਾਂ ਹੋਣੀ ਚਾਹੀਦੀ ਹੈ ਜੀ। ਅੱਜ ਕੋਵਿਡ ਕੇਅਰ ਸੈਂਟਰ ਸੈਕਟਰ 69 ਤੋਂ ਅੰਕਲ ਜੀ ਵੀ ਨੈਗੇਟਿਵ ਆ ਗਏ ਹੈ, ਪਿੱਛੇ ਸੱਜਣ ਨੇ ਉਹ ਵੀ ਨੈਗੇਟਿਵ ਆ ਗਏ ਅਤੇ ਇਹ ਚੱਲੇ ਨੇ, ਇਹਨਾਂ ਦੇ ਬ੍ਰਦਰ ਨਾਲ ਵੀ ਗੱਲ ਕਰਦੇ। ਸਰ ਨੇੜੇ ਆਓ ਪਲੀਜ਼। ਤੁਹਾਡੇ ਬ੍ਰਦਰ ਬਹੁਤ ਹੀ ਪੋਜ਼ਿਟਿਵ, ਬਹੁਤ ਹੀ ਅੱਛੇ ਸਭ ਇਨਸਾਨ ਨੇ, ਬਹੁਤ ਹੀ ਨਾ ਸਿਰਫ ਆਪਣੇ ਲਈ ਨਹੀਂ ਸਾਰਿਆਂ ਨਾਲ ਪਿਆਰ ਬਖੇਰਿਆ। ਉਹਨਾਂ ਨੇ ਜੋ ਘੱਟ ਉਮਰ ਦੇ ਮਰੀਜ਼ ਨੇ ਅੰਦਰ, ਉਹਨਾਂ ਨੂੰ ਵੀ ਉਹਨਾਂ ਨੇ ਮੋਟੀਵੇਟ ਕੀਤਾ, ਠੀਕ ਹੋਣ ਲਈ ਪੋਜ਼ਿਟਿਵ ਕੀਤਾ। ਅਤੇ ਤੁਹਾਡਾ ਇੱਥੇ ਐਕਸਪੀਰੀਅੰਸ, ਤੁਹਾਡੇ ਬ੍ਰਦਰ ਨਾਲ ਲਗਾਤਾਰ ਗੱਲ ਹੋ ਰਹੀ ਸੀ? ਹਾਂਜੀ ਮੇਰੀ ਡੇਲੀ 3 ਵਾਰੀ ਗੱਲ ਹੁੰਦੀ ਸੀ ਜੀ। ਅੱਛਾ ਜੀ। ਮੈਨੂੰ ਇਹ ਕਹਿੰਦੇ ਸੀ ਮੇਰੀ ਬਹੁਤ ਵਧੀਆ ਸੇਵਾ ਕਰ ਰਹੇ, ਮੇਰਾ ਬਹੁਤ ਵਧੀਆ ਖਿਆਲ ਰੱਖ ਰਹੇ ਆ, ਮੈਨੂੰ ਘਰ ਤੋਂ ਵੀ ਵਧੀਆ ਇੱਥੇ ਮਤਲਬ ਰੱਖਿਆ ਜਾਂਦਾ, ਮੈਂ ਘਰ ਦੀ ਬਜਾਏ ਇੱਥੇ ਮਤਲਬ ਸੇਫ ਹਾਂ, ਇੱਥੇ ਠੀਕ ਹਾਂ, ਮੇਰਾ ਖਿਆਲ ਬਹੁਤ ਰੱਖਿਆ ਜਾਂਦਾ, ਮੈਂ ਠੀਕ ਵੀ ਹੋ ਰਿਹਾ, ਰਿਕਵਰ ਵੀ ਹੋ ਰਿਹਾ। ਹਰ ਦਿਨ ਮੈਂ ਪੁੱਛਦਾ ਜੀ 5-7-10% ਹੋ ਰਿਹਾ ਸੀ, ਪਿਛਲੇ ਜਿਹੜੇ ਹੁਣ 5 ਦਿਨ ਆਏ ਉਹ ਇੱਕੋ ਦਮ ਹੀ ਮੈਨੂੰ ਕਹਿੰਦੇ ਜੀ ਮੈਂ ਰਿਕਵਰ ਮਤਲਬ ਬਹੁਤ ਜ਼ਿਆਦਾ ਮੈਂ ਠੀਕ ਹੋ ਗਿਆ, ਮੈਨੂੰ ਕੋਈ ਖਾਂਸੀ ਨਹੀਂ, ਕੋਈ ਬਲਗਮ ਨਹੀਂ, ਇੱਕੋ ਦਮ ਹੀ ਠੀਕ ਹੋ ਗਿਆ। ਫਿਰ ਵੀ ਉਹ ਕਹਿੰਦਾ ਮੈਂ 4 ਦਿਨ ਇਹਨਾਂ ਨੇ ਮੈਨੂੰ ਰੱਖਿਆ ਵੀ ਕੋਈ ਕਮੀ ਪੇਸ਼ੀ ਨਾ ਆਵੇ, ਕੋਈ ਡਾਇਟ ਦੇ ਵਿੱਚ ਕਮੀ, ਸਾਫ਼ ਸਫਾਈ ਕਿਸੇ ਗੱਲ ਦੀ ਨਹੀਂ ਜੀ। ਮੈਂ ਇਹਨਾਂ ਨੂੰ ਸਪੈਸ਼ਲ ਇਹੀ ਪੁੱਛਦਾ ਹੁੰਦਾ ਸੀਗਾ, ਮੈਂ 3 ਟਾਈਮ ਫੋਨ ਕਰਦਾ ਤੂੰ ਖਾ ਲਿਆ ਕਿ ਨਹੀਂ ਖਾ ਲਿਆ, ਇਹ ਕਹਿੰਦਾ ਮੈਨੂੰ ਟਾਈਮ ਸਿਰ ਸਾਰਾ ਕੁਛ ਮਿਲਦਾ, 3 ਟਾਈਮ ਮਿਲਦਾ, ਖਿਚੜੀ ਵੀ ਮਿਲਦੀ ਆ, ਦਲੀਆ ਵੀ ਮਿਲਦਾ, ਬਿਸਕਟ ਚਾਹ ਪਰੌਂਠੇ ਰੋਟੀ ਵੀ ਮਿਲਦੀ ਹੈ, ਸਾਰਾ ਕੁਛ ਵਧੀਆ ਮਿਲਦਾ, ਨਹਾਉਣਾ ਧੋਣਾ ਸਾਰਾ ਪੇਸਟ ਪੂਸਟ ਸਾਰੀ ਇੰਨੀ ਵਧੀਆ ਸਫਾਈ ਹੈ ਪੁੱਛੇ। ਆਪਾਂ ਵਟਸਐਪ ਜਾਂ ਫੇਸਬੁੱਕ 'ਤੇ ਨੈਗੇਟਿਵ ਵੀਡੀਓਜ਼ ਬੜੇ ਸ਼ੇਅਰ ਕਰਦੇ ਹਾਂ, ਲਾਸ਼ਾਂ ਨਿਕਲਦੀਆਂ ਹੋਈਆਂ ਹਸਪਤਾਲਾਂ ਤੋਂ ਬਹੁਤ ਦੇਰ, ਇੱਦਾਂ ਦੇ ਵੀਡੀਓ ਬੜਾ ਸ਼ੇਅਰ ਕਰਦੇ ਨਾ ਜੋ ਇਮੋਸ਼ਨਲੀ ਚਾਰਜ ਔਰ ਡ੍ਰਿਵਨ ਹੁੰਦੇ ਆ ਨੈਗੇਟਿਵਿਟੀ ਨਾਲ। ਪਲੀਜ਼ ਪੋਜ਼ਿਟਿਵ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ, ਦੱਸਿਆ ਕਰੋ, ਪੇਸ਼ੈਂਟ ਠੀਕ ਹੋ ਜਾਏਗਾ। ਅਵੇਅਰਨੈਸ ਦੀ ਗੱਲ ਹੈ, ਜਾਗਰੂਕਤਾ ਦੀ ਗੱਲ ਹੈ, ਸਾਈਕੋਲੋਜੀਕਲੀ ਬਿਲਕੁਲ ਡਾਊਨ ਨਾ ਹੋਣ ਨਾ, ਲੋਕ ਦਿਮਾਗੀ ਤੌਰ 'ਤੇ ਹਾਰ ਜਾਂਦੇ ਆ ਬਿਲਕੁਲ ਜੀ, ਬਿਲਕੁਲ ਹਾਰ ਜਾਂਦੇ। ਹਾਂਜੀ ਬਿਲਕੁਲ ਹਾਰ ਜਾਂਦੇ ਆ ਜੀ। ਹਾਂ ਕੌਂਸਲਾਂ ਨਹੀਂ ਛੱਡਣਾ ਚਾਹੀਦਾ, ਅਤੇ ਲੋਕ ਐਕਚੁਅਲੀ ਹਸਪਤਾਲਾਂ 'ਚ ਮਾਹੌਲ ਵੀ ਇਸ ਤਰ੍ਹਾਂ ਦਾ ਬਣਾਇਆ ਹੋਇਆ ਨਾ। ਪਰ ਜੋ ਭਾਜੀ ਇੱਥੇ ਆ ਹਸਪਤਾਲ 'ਚ ਕੁਛ ਨਹੀਂ ਇਹਦੇ ਮੁਕਾਬਲੇ, ਅਸੀਂ ਪਹਿਲੇ ਦਿਨ ਜਦੋਂ ਇਹਨਾਂ ਨੂੰ ਇੱਥੇ ਰੱਖ ਕੇ ਗਏ ਸਾਨੂੰ ਉਦਣ ਹੀ ਮਾਣ ਸੀਗਾ ਵੀ ਇੱਥੇ ਨੂੰ ਕੋਈ ਗੱਲ ਦੀ ਤਕਲੀਫ ਨਹੀਂ ਹੋਊਗੀ, ਇੱਥੇ 100% ਸੇਫ ਮਿਲਣਗੇ, ਉਹੀ ਗੱਲ ਹੋਈ ਜੀ ਸਾਨੂੰ, ਅੱਜ ਅਸੀਂ ਪੂਰਾ 100% ਸੇਫ ਲੈ ਕੇ ਚੱਲੇ ਜੀ। ਇਹ ਜੋ ਸੰਗਤ ਹੈ ਨਾ, ਹੈ ਨਾ, ਜੋ ਸੰਗਤ ਹੈ ਉਹ ਕਰਦੀ ਸਾਰਾ। ਮੈਂ ਕਹਿੰਦਾ ਜੀ ਠੀਕ ਹੈ, ਪਰ ਤੁਹਾਡੇ ਵਾਲਿਆਂ ਦਾ ਸਾਰਿਆਂ ਦਾ ਸਾਥ ਆ, ਵਾਹਿਗੁਰੂ ਦਾ ਵੀ ਸਾਥ ਆ, ਪਰ ਜੋ ਕੁਛ ਇੱਥੋਂ ਮਿਲਿਆ ਹਸਪਤਾਲ 'ਚ ਮਿਲਦਾ ਮੈਂ ਲਿਖ ਕੇ ਦੇ ਸਕਦਾ। ਬਹੁਤ ਬਹੁਤ ਮਿਹਰਬਾਨੀ ਭਾਈ ਸਾਹਿਬ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੱਛਾ ਜੀ, ਬਹੁਤ ਖੁਸ਼ੀ ਹੋਈ, ਬਹੁਤ ਖੁਸ਼ੀ ਹੋਈ ਤੁਹਾਨੂੰ ਜ਼ਿੰਦਗੀ 'ਚ ਮਿਲ ਕੇ ਜੀ, ਹੈ ਨਾ, ਬਹੁਤ ਅੱਛਾ ਲੱਗਿਆ ਜੀ।
ਸਾਡਾ ਫੇਸਬੁੱਕ ਪੇਜ ਜ਼ਰੂਰ ਦੇਖੋ ਅਸੀਂ ਹੋਰ ਕਿਆ ਕਿਆ ਇਕੱਠੇ ਹੋ ਕੇ ਕਰਦੇ ਸੀ ਫੇਸਬੁੱਕ ਤੇ ਵੇਖ ਕੇ ਪਹਿਲੇ ਦਿਨ ਅਸੀਂ ਆਏ ਸੀ ਜੀ ਸਰਕਲ ਬਹੁਤ ਸਰ ਮੈਂ ਹੁਣ ਇਹ ਨਾ ਇੱਥੇ ਮੈਂ ਕਿਹਨੇ ਕਹਾਂ ਜੀ ਸੰਗਤ ਜੀ ਇਹ ਸੰਗਤ ਦਾ ਪਿਆਰ ਹੈ ਜੋ ਇਹ ਸਾਰੀ ਸੇਵਾਵਾਂ ਟੋਟਲ ਫ੍ਰੀ ਆਫ ਕੋਸਟ ਰਨ ਹੁੰਦੀ ਹੈ ਟੋਟਲ ਫ੍ਰੀ ਆਫ ਕੋਸਟ ਸੰਗਤ ਕਰਦੀ ਹੈ ਇਹਨੂੰ ਇਹ ਸਾਰੀ ਸੰਗਤ ਜੋ ਇਹ ਕਰਦੀ ਹੈ ਇਕੱਠਾ ਹੋ ਕੇ ਬਹੁਤ ਹੀ ਪੋਜ਼ਿਟਿਵ ਮਾਹੌਲ ਦੇ ਵਿੱਚ ਮਰੀਜ਼ ਠੀਕ ਹੋ ਜਾ ਰਹੇ ਹੈ ਤੁਹਾਡਾ ਔਨਲਾਈਨ ਸੇਵਾ ਕਰਨ ਦਾ ਫਰਜ਼ ਬਣਦਾ ਤੁਹਾਡੇ ਤੋਂ ਐਕਸਪੈਕਟ ਕਰਦੇ ਹਾਂ ਅਸੀਂ ਸੋ ਪਲੀਜ਼ ਕਰਿਓ ਹੈ ਨਾ ਸੋ ਹੱਥ ਜੋੜ ਕੇ ਬੇਨਤੀ ਹੈ ਪੋਜ਼ਿਟਿਵਿਟੀ ਨੂੰ ਅੱਗੇ ਸਪੈਡ ਕਰੋ ਤਾਂ ਕਿ ਇੱਦਾਂ ਦੇ ਹੋਰ ਮਰੀਜ਼ ਕੋਵਿਡ ਦੇ ਜੋ ਕੋਵਿਡ ਪੋਜ਼ਿਟਿਵ ਨੇ ਉਹ ਆ ਕੇ ਸੇਵਾ ਦਾ ਲਾਭ ਉਠਾ ਸਕਣ ਇੰਨੀ ਸੇਵਾ ਤਾਂ ਤੁਸੀਂ ਘਰ ਬੈਠ ਕੇ ਹੀ ਕਰ ਸਕਦੇ ਹੋ ਸੋ ਕਿ ਬਹੁਤ ਜ਼ਰੂਰੀ ਆਪਣੇ ਆਪ 'ਚ ਵਟਸਐਪ 'ਤੇ ਸ਼ੇਅਰ ਕਰੋ ਇੰਸਟਾ 'ਤੇ ਸ਼ੇਅਰ ਕਰੋ ਸਟੇਟਸ ਲਗਾਓ ਫੇਸਬੁੱਕ 'ਤੇ ਜੋ ਵੀ ਸੋਸ਼ਲ ਮੀਡੀਆ ਪਲੇਟਫਾਰਮ ਯੂਜ਼ ਕਰਦੇ ਹੋ ਪਲੀਜ਼ ਕਰੋ ਠੀਕ ਹੈ ਜੀ ਫਤਿਹ ਦੀ ਸਾਜ ਨਾਲ ਵੀਡੀਓ ਕਲੋਜ਼ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ